ਸਾਤ੍ਰੀਕਲ ਸਾਰੇ ਨੂੰ ਮਾਸਟਰ ਕੇਡਰ ਯੂਨੀਅਨ ਚੈਨਲ ਦੇ ਤੁਹਾਡਾ ਸਵਾਗਤ ਹੈ ਵੀਡੀਓ ਚ ਗੱਲ ਕਰਾਂਗੇ ਪੀਐਸ ਟੈਟ 2023 24 ਬਾਰੇ ਕਿ ਜੋ ਪੀਐਸ ਟੈਟ ਦਾ ਪੇਪਰ ਹੈ ਉਹ ਕਦੋਂ ਤੱਕ ਹੋ ਸਕਦਾ ਹੈ ਇਸ ਦੇ ਸੰਬੰਧੀ ਆਪਣੀ ਇੱਕ ਜੋ ਯੂਨੀਅਨ ਬਣੀ ਹੋਈ ਹੈ ਪੀਐਸ ਟੈਟ ਯੂਨੀਅਨ ਉਸ ਯੂਨੀਅਨ ਦੀ ਮੀਟਿੰਗ ਹੈ ਜਿਹੜੀ ਸਿੱਖਿਆ ਮੰਤਰੀ ਜੀ ਦੇ ਨਾਲ ਉਸ ਮੀਟਿੰਗ ਬਾਰੇ ਤੁਹਾਨੂੰ ਇਸ ਵੀਡੀਓ ਚ ਜਾਣਕਾਰੀ ਦੇਵਾਂਗੇ ਕਿਉਂਕਿ ਪਿਛਲੇ ਦਿਨੀ ਸਿੱਖਿਆ ਮੰਤਰੀ ਜੀ ਵੱਲੋਂ ਵੀ ਜਿਹੜਾ ਇਹ ਐਲਾਨ ਕੀਤਾ ਗਿਆ ਸੀਗਾ ਕਿ ਅਸੀਂ ਇੱਕ ਪ੍ਰੋਪਰ ਕੈਲੰਡਰ ਜਾਰੀ ਕਰਾਂਗੇ ਜਿਸ ਦੇ ਅਕੋਰਡਿੰਗ ਹਰ ਸਾਲ ਪੱਕਾ ਫਿਕਸ ਪੀਐਸਟੈਟ ਪੇਪਰ ਉਸ ਤਰੀਕ ਨੂੰ ਹੋਇਆ ਕਰੂਗਾ ਤੇ ਹਰ ਸਾਲ ਜਿਹੜੀਆਂ ਪੋਸਟਾਂ ਆਇਆਂ ਕਰਨਗੀਆਂ ਬੇਸ਼ੱਕ ਉਹ ਪੀਐਸਟੈਟ ਪੇਪਰ 1 ਹੋਵੇ ਜਾਂ ਪੇਪਰ 2 ਹੋਵੇ ਤਾਂ ਇਸ ਵੀਡੀਓ 'ਚ ਤੁਹਾਨੂੰ ਇੱਕ ਦੋ ਅਪਡੇਟਸ ਦੇਵਾਂਗੇ ਪੀਐਸਟੈਟ ਪੇਪਰ ਦੇ ਬਾਰੇ ਜਿਹੜੇ-ਜਿਹੜੇ ਸਾਥੀ ਪੀਐਸਟੈਟ ਦੀ ਤਿਆਰੀ ਕਰਦੇ ਆ ਬੇਸ਼ੱਕ ਉਹ ਪੇਪਰ ਵਨ ਦੀ ਤਿਆਰੀ ਕਰਦੇ ਹੋਣ ਈਟਟੀਟੀ ਨਾਲ ਸੰਬੰਧਿਤ ਜਾਂ ਪੇਪਰ 2 ਬੀਐਡ ਨਾਲ ਸੰਬੰਧਿਤ ਤਿਆਰੀ ਕਰਦੇ ਹੋਣ ਤਾਂ ਉਹ ਆਪਣਾ ਮਾਸਟਰ ਕਿਡਰ ਯੂਨੀਅਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਕਿ ਤੁਹਾਡੇ ਤੱਕ ਪੀਐਸ ਟੈਟ ਦੀ ਹਰ ਇੱਕ ਅਪਡੇਟ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਕੋਈ ਸਿੱਖਿਆ ਮੰਤਰੀ ਜੀ ਵੱਲੋਂ ਨਵਾਂ ਬਿਆਨ ਆਉਂਦਾ ਜਾਂ ਯੂਨੀਅਨ ਵੱਲੋਂ ਕੋਈ ਜਿਹੜਾ ਐਲਾਨ ਕੀਤਾ ਜਾਂਦਾ ਜਾਂ ਯੂਨੀਅਨ ਦੀ ਮੀਟਿੰਗ ਹੁੰਦੀ ਹੈ ਸਿੱਖਿਆ ਮੰਤਰੀ ਨਾਲ ਉਹਦੀ ਹਰ ਇੱਕ ਅਪਡੇਟ ਹੈ ਜਿਹੜੀ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਇਹ ਚੈਨਲ ਜਿਹੜਾ ਸਿਰਫ ਸਿੱਖਿਆ ਵਿਭਾਗ ਦੀ ਹੀ ਅਪਡੇਟ ਆਪਾਂ ਇਸ ਚੈਨਲ ਤੇ ਦਿੰਨੇ ਆ ਇਹ ਚੈਨਲ ਤੁਹਾਡੇ ਲਈ ਬਹੁਤ ਹੈਲਪਫੁਲ ਰਹੂਗਾ ਪੀਐਸਟੈਟ ਦੇ ਲਈ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਨਾਲ ਹੀ ਆਪਣਾ ਇੱਕ ਵਟਸਐਪ ਗਰੁੱਪ ਤੇ ਵਟਸਐਪ ਤੇ ਵੀ ਇੱਕ ਆਪਣਾ ਚੈਨਲ ਬਣਿਆ ਹੋਇਆ ਹੈ ਕਿਉਂਕਿ ਹੁਣ ਵਟਸਐਪ ਤੇ ਵੀ ਨਵੇਂ ਚੈਨਲ ਬਣਨ ਲੱਗੇ ਤੇ ਉਹ ਉਹਦਾ ਲਿੰਕ ਅਸੀਂ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦੇ ਦਾਂਗੇ ਤੁਸੀਂ ਵੀਡੀਓ ਦੇ ਕਮੈਂਟਸ ਨੂੰ ਓਪਨ ਕਰਕੇ ਉੱਥੇ ਤੁਹਾਨੂੰ ਬਲੂ ਕਲਰ ਦਾ ਇੱਕ ਪੈਨ ਕੀਤਾ ਹੋਇਆ ਲਿੰਕ ਮਿਲੂਗਾ ਉੱਥੇ ਤੁਸੀਂ WhatsApp ਦਾ ਆਪਣਾ ਚੈਨਲ ਆ ਜੋ ਉਸ ਨੂੰ ਜੁਆਇਨ ਕਰ ਲਿਓ ਤਾਂ ਕਿ ਤੁਹਾਡੇ ਤੱਕ ਪੀਐਸਟੈਟ ਦਾ ਕੋਈ ਨੋਟੀਫਿਕੇਸ਼ਨ ਆਉਂਦਾ ਹੈ ਕੋਈ ਅਪਡੇਟ ਆਉਂਦੀ ਆ ਉਹ ਤੁਹਾਨੂੰ ਮਿਲਦੀ ਰਹੇ ਹੁਣ ਆਪਾਂ ਗੱਲ ਕਰਦੇ ਹਾਂ ਪੀਐਸਟੈਟ 2023-24 ਬਾਰੇ ਕਿ ਕਦੋਂ ਤੱਕ ਪੇਪਰ ਹੋਊਗਾ ਇੱਕ ਤਾਂ ਤੁਹਾਨੂੰ ਬੇਨਤੀ ਇਹ ਹੈ ਕਿ ਇਸ ਵੀਡੀਓ ਨੂੰ ਲਾਸਟ ਤੱਕ ਕੱਲਾ ਕੱਲਾ ਸ਼ਬਦ ਧਿਆਨ ਨਾਲ ਸੁਣਿਓ ਤੇ ਮੈਂ ਪੀਐਸਟੈਟ 2023-24 ਕਿਉਂ ਕਿਹਾ ਕਿਉਂਕਿ ਪਿਛਲੀ ਵਾਰੀ ਜਦੋਂ ਸਿੱਖਿਆ ਮੰਤਰੀ ਜੀ ਨਾਲ ਮੀਟਿੰਗ ਹੋਈ ਸੀ ਆਪਣੇ ਯੂਨੀਅਨ ਦੀ ਤਾਂ ਉੱਥੇ ਸਿੱਖਿਆ ਮੰਤਰੀ ਜੀ ਵੱਲੋਂ ਇਹ ਕਿਹਾ ਗਿਆ ਸੀ ਕਿ 2023 ਦਾ ਪੇਪਰ ਅਸੀਂ ਪਹਿਲੀ ਲੈ ਚੁੱਕੇ ਆ ਤੇ ਇਸ ਸਾਲ ਅਸੀਂ ਪੇਪਰ ਨਹੀਂ ਲਵਾਂਗੇ ਤਾਂ ਇੱਥੋਂ ਇਹ ਦੇਖਣਾ ਬਣਦਾ ਕਿ ਹੁਣ ਪੇਪਰ ਸ਼ਾਇਦ 2024 ਵਿੱਚ ਹੀ ਹੋਊਗਾ ਹੋਊਗਾ ਕਿਉਂਕਿ ਵੈਸੇ ਤਾਂ ਇਹ ਗੱਲ ਆ ਕਿ 2-3 ਸਾਲ ਪੇਪਰ ਪਹਿਲਾਂ ਮਿਸ ਹੋਏ ਨੇ ਪਹਿਲਾਂ ਪੇਪਰ ਨਹੀਂ ਲਏ ਗਏ ਤੇ ਜਿਹੜਾ ਇਸ ਵਾਰ ਵੀ ਪੇਪਰ ਲਿਆ ਸੀ ਉਸ ਵਿੱਚ ਵੀ ਬਹੁਤ ਜ਼ਿਆਦਾ ਗਲਤੀਆਂ ਸੀ ਜਿਵੇਂ ਕਿ ਪੀਐਸਟੈਟ ਪੇਪਰ 1 ਜਿਹੜਾ ਉਹਦੇ ਵਿੱਚ ਕਾਫੀ ਮਿਸਪ੍ਰਿੰਟ ਸੀਗਾ ਤੇ ਪਰ ਪੀਐਸਟੈਟ ਪੇਪਰ 2 ਤਾਂ ਜਿਹੜਾ ਉਹ ਦੁਬਾਰਾ ਲੈ ਲਿਆ ਸੀਗਾ ਦੁਬਾਰਾ ਕੰਡਕਟ ਕਰਾ ਲਿਆ ਸੀ ਪਰ ਉਹ ਵੀ ਬਹੁਤ ਸਾਰਾ ਤਕ ਇਦਾਂ ਹੋਇਆ ਕਿ ਜਿਹੜੇ ਸਾਥੀ ਪੀਐਸਟੈਟ ਪੇਪਰ 2 ਵਾਲੇ ਪਹਿਲਾਂ ਪਾਸ ਕਰਦੇ ਸੀ ਜਦੋਂ ਦੁਬਾਰਾ ਪੇਪਰ ਲਿਆ ਤਾਂ ਉਹ ਰਹਿ ਗਏ ਉਹਦੇ ਵਿੱਚੋਂ ਤੇ ਇਸ ਤਰ੍ਹਾਂ ਬਹੁਤ ਜਿਆਦੀਆਂ ਜਿਹੜੇ ਆ ਗਲਤੀਆਂ ਪੀਐਸਟੈਟ ਪੇਪਰ ਦੇ ਵਿੱਚ ਹੋਈਆਂ ਸੀ ਤਾਂ ਯੂਨੀਅਨ ਵੱਲੋਂ ਮੰਗ ਕੀਤੀ ਗਈ ਸੀ ਕਿ ਉੱਥੇ ਕਿ ਸਾਡਾ ਪੇਪਰ ਦੁਬਾਰਾ ਤੋਂ ਲਿਆ ਜਾਵੇ ਪਰ ਸਿੱਖਿਆ ਮੰਤਰੀ ਜੀ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਹਾਲਾਂਕਿ ਉਸ ਤੋਂ ਬਾਅਦ ਸਿੱਖਿਆ ਮੰਤਰੀ ਜੀ ਵੱਲੋਂ ਅਤੇ ਭਵੰਤਮਨ ਵੱਲੋਂ ਇੱਕ ਸਪੀਚ ਦੇ ਦੌਰਾਨ ਇਹ ਕਹਿ ਗਿਆ ਕਿ ਜਿਹੜੀ 5 ਸਤੰਬਰ ਨੂੰ ਡੀਜੀ ਡੇ ਤੇ ਜਿਹੜਾ ਸਿੱਖਿਆ ਮੰਤਰੀ ਜੀ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਅਸੀਂ ਹਰ ਸਾਲ ਜਿਹੜਾ ਨਵੀਆਂ ਪੋਸਟਾਂ ਦਿਆ ਕਰਾਂਗੇ ਇੱਕ ਪ੍ਰੋਪਰ ਕੈਲੰਡਰ ਜਾਰੀ ਕਰ ਦਾਂਗੇ ਇਸ ਤੇ ਕੰਮ ਚੱਲ ਰਿਹਾ ਹੈ ਕਿ ਹਰ ਸਾਲ ਕਦੋਂ ਪੀਐਸਟੈਟ ਪੇਪਰ ਹੋਊਗਾ ਤੇ ਕਦੋਂ ਨਵੀਆਂ ਪੋਸਟ ਆਉਣੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਜਿੰਨੇ-ਜਿੰਨੇ ਰਿਟਾਇਰ ਹੋਣਗੇ ਉੰਨੀਆਂ-ਉੰਨੀਆਂ ਅਸੀਂ ਪੋਸਟਾਂ ਦਿਆ ਕਰਾਂਗੇ ਵੀ ਪਹਿਲਾਂ ਨਹੀਂ ਸਰਕਾਰਾਂ ਵਾਂਗੂ ਨਹੀਂ ਕਰਦੇ ਅਸੀਂ ਹਰ ਸਾਲ ਪੋਸਟਾਂ ਦਿਆ ਕਰਾਂਗੇ ਤਾਂ ਇਹਦੇ ਸਬੰਧ ਦੇ ਵਿੱਚ ਹੁਣ ਪੀਐਸਟੈਟ ਪੇਪਰ ਕਦੋਂ ਤੱਕ ਹੋ ਸਕਦਾ ਹੈ ਇਦਾ ਵੈਸੇ ਤਾਂ ਕੋਈ ਪੱਕਾ ਕਲੀਅਰ ਨਹੀਂ ਹੈਗਾ ਕਿਉਂਕਿ ਹਲੇ ਤੱਕ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹਦੇ ਕੰਮ ਚੱਲ ਰਿਹਾ ਜਦੋਂ ਵੀ ਉਹ ਪਾਲਿਸੀ ਆਊਗੀ ਤਾਂ ਉਹਦਾ ਜਿਹੜੀ ਸਾਰੀ ਜਿੰਨੀ ਅਪਡੇਟ ਹੋਗੀ ਉਹ ਤੁਹਾਨੂੰ ਆਪਾਂ ਇਸ ਚੈਨਲ ਤੇ ਦੇਵਾਂਗੇ ਐਜੂਕੇਸ਼ਨ ਪਾਲਿਸੀ ਜਿਵੇਂ ਕਿ ਤਿੰਨ ਚਾਰ ਚੀਜ਼ਾਂ ਦੀਆਂ ਪਾਲਸੀਆਂ ਦੇ ਕੰਮ ਚੱਲ ਰਿਹਾ ਇੱਕ ਖੇਤੀਬਾੜੀ ਹੈਲਥ ਪਾਲਿਸੀ ਦੇ ਇੱਕ ਖੇਤੀਬਾੜੀ ਪਾਲਿਸੀ ਤੇ ਇੱਕ ਦੋ ਪਾਲਸੀਆਂ ਪਹਿਲਾਂ ਆ ਚੁੱਕੀਆਂ ਨੇ ਤੇ ਹੁਣ এডੂਕੇਸ਼ਨ ਪਾਲਿਸੀ ਬਹੁਤ ਜਲਦ ਹੈ ਜਿਹੜਾ ਲਗਭਗ ਮਹੀਨੇ ਦੋ ਮਹੀਨੇ ਦੇ ਵਿੱਚ ਆ ਸਕਦੀ ਹੈ ਉਹਦੇ ਵਿੱਚ ਪ੍ਰੋਪਰ ਜਿਹੜਾ ਦੱਸਿਆ ਜਾਊਗਾ ਕਿ ਕਦੋਂ ਪੀਐਸਟੈਟ ਪੇਪਰ ਹੋਊਗਾ ਜਿਵੇਂ ਕਿ ਪੰਜਾਬ ਪੁਲਿਸ ਦੀ ਭਰਤੀ ਹੈ ਪੰਜਾਬ ਪੁਲਿਸ ਦੀ ਭਰਤੀ ਬਾਰੇ ਜਿਹੜਾ ਮੁੱਖ ਮੰਤਰੀ ਜੀ ਵੱਲੋਂ ਦੱਸਿਆ ਗਿਆ ਕਿ ਹਰ ਸਾਲ 1800 ਸਿਪਾਹੀ ਦੀ ਤੇ 300 ਸਬ ਇਨਸਪੈਕਟਰ ਦੀ ਵੀ ਇਦਾਂ ਕੁਝ 21-2200 ਪੋਸਟ ਹਰ ਸਾਲ ਆਇਆ ਕਰੂਗੀ ਉਹਦੀ ਪੱਕੇ ਮਹੀਨੇ ਵੀ ਫਿਕਸ ਕੀਤੇ ਆ ਕਿ ਇਦੋਂ ਪੇਪਰ ਹੋਊਗਾ ਇਦਾਂ ਟ੍ਰਾਇਲ ਹੋਣਗੇ ਤਾਂ ਇਸੇ ਤਰ੍ਹਾਂ ਪੀਐਸਟੈਟ ਪੇਪਰ ਦੇ ਜਿਹੜੇ ਸਬੰਧੀ ਜਲਦੀਦ ਕਰਾਉਣ ਦੇ ਸਬੰਧੀ ਆਪਣੀ ਜਿਹੜੀ ਯੂਨੀਅਨ ਬਣੀ ਹੋਈ ਆ ਪੀਐਸਟੈਟ ਯੂਨੀਅਨ ਉਸ ਦੀ ਇੱਕ ਮੀਟਿੰਗ ਆ ਜਿਹੜੀ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਜ ਜੀ ਦੇ ਨਾਲ ਹੋਣ ਜਾ ਰਹੀ ਹੈ ਜਿਦੇ ਵਿੱਚ ਕਿ ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਡੀਸੀ ਦਫਤਰ ਸੰਗਰੂਰ ਦੇ ਵੱਲੋਂ ਜਿਹੜੀ ਇਹ ਮੀਟਿੰਗ ਤੈਅ ਕਰਵਾਈ ਗਈ ਹੈ ਸ੍ਰੀ ਸੋਨੂ ਕੰਬੋਜ ਸੀਨੀਅਰ ਸੂਬਾ ਮੀਤ ਪ੍ਰਧਾਨ ਪੀਐਸਟੈਟ ਯੂਨੀਅਨ ਪੰਜਾਬ ਤਾਂ ਆਪਣੀ ਇਹ ਮੀਟਿੰਗ ਆ ਜਿਹੜੀ ਉਹ ਪ੍ਰੋਗਰਾਮ ਤੋਂ ਵਿਸ਼ੇ ਸਬੰਧੀ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੀਆਂ ਮੰਗਾਂ ਸੰਬੰਧੀ ਮੀਟਿੰਗ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਜ ਜੀ ਦੇ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ 27/9/2023 ਯਾਨੀ ਕਿ ਅੱਜ ਤੋਂ ਲਗਭਗ 5 ਦਿਨਾਂ ਬਾਅਦ ਇਹ ਮੀਟਿੰਗ ਹੈ ਜਿਹੜੀ ਉਹ ਸਿੱਖਿਆ ਮੰਤਰੀ ਜੀ ਦੇ ਨਾਲ ਹੋਊਗੀ 27 ਤਰੀਕ ਨੂੰ ਸਵੇਰੇ 11 ਵਜੇ ਇਹ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਇਸ ਦੇ ਲਈ ਮੀਟਿੰਗ ਵਿੱਚ ਹਰੇਕ ਯੂਨੀਅਨ ਦੇ 2 ਜਾਂ 3 ਨਾਗੂ ਜਿਵੇਂ ਕਿ ਇੱਕ ਮੀਟਿੰਗ ਹੈ ਜਿਹੜੀ 94 ਯੂਨੀਅਨ ਨੂੰ ਮਿਲੀ ਹੋਈ ਹੈ ਇੱਕ ਪੀਐਸਟਟ ਯੂਨੀਅਨ ਨੂੰ ਤਾਂ ਦੋ ਤਿੰਨ ਆਗੂ ਜਿਹੜੇ ਆਪਣੀ ਯੂਨੀਅਨ ਵੱਲੋਂ ਜਾਣਗੇ ਅਤੇ ਉੱਥੇ ਪੀਐਸਟੈਟ ਬਾਰੇ ਗੱਲਬਾਤ ਕਰਨਗੇ ਕਿ ਜਿਹੜਾ ਪੀਐਸਟੈਟ ਪੇਪਰ ਆਪਣਾ ਨਹੀਂ ਹੋਇਆ ਜਾਂ ਪਹਿਲਾਂ 1-2 ਸਾਲ ਮਿਸ ਹੋਏ ਨੇ ਤਾਂ ਉਹ ਪੇਪਰ ਹੈ ਜਿਹੜਾ ਜਲਦੀ ਲਿਆ ਜਾਵੇ ਤਾਂ ਜੋ ਜਿਹੜੇ ਤਿਆਰੀ ਕਰਦੇ ਸਾਥੀ ਨੇ ਉਹਨਾਂ ਨੂੰ ਵੀ ਜਿਹੜਾ ਮੌਕਾ ਮਿਲ ਸਕੇ ਤੇ ਇਹੀ ਮੀਟਿੰਗ ਸੰਬੰਧੀ ਅਪਡੇਟ ਸਿੱਗੀ ਕਿ ਆਪਾਂ ਨੂੰ ਮੀਟਿੰਗ ਜਿਹੜੀ ਮਿਲੀ ਹੋਈ ਹੈ ਸਿੱਖਿਆ ਮੰਤਰੀ ਜੀ ਦੇ ਨਾਲ ਕਿਉਂਕਿ ਸਿੱਖਿਆ ਮੰਤਰੀ ਨੇ ਖੁਦ ਵੀ ਕਿਹਾ ਹੈ ਕਿ ਅਸੀਂ ਹਰ ਸਾਲ ਪੀਐਸਟੈਟ ਪੇਪਰ ਲਿਆ ਕਰਾਂਗੇ ਬਾਕੀ ਉਮੀਦ ਇਹੀ ਕਰਦੇ ਆਂ ਕਿ ਜਲਦੀ ਤੋਂ ਜਲਦੀ ਪੀਐਸਟੈਟ ਪ ਤੇ ਇਸ ਦੇ ਸੰਬੰਧੀ ਹੋਰ ਕੋਈ ਨਵੀਂ ਅਪਡੇਟ ਆਉਂਦੀ ਹੈ ਕੋਈ ਵੀ ਨਵੀਂ ਪੀਐਸਟ ਨਾਲ ਸੰਬੰਧੀ ਜਾਣਕਾਰੀ ਆਉਂਦੀ ਹੈ ਉਸ ਦੀ ਸਾਰੀ ਅਪਡੇਟ ਤੁਹਾਨੂੰ ਆਪਾਂ ਇਸ ਚੈਨਲ ਤੇ ਵੀਡੀਓ ਪਾ ਕੇ ਦਿੰਦੇ ਰਹਾਂਗੇ ਜਿਹੜੇ ਜਿਹੜੇ ਸਾਥੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਆ ਜਿਹੜੀ ਉਹ ਪਹੁੰਚਦੀ ਰਹੇ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਇਹ ਅਪਡੇਟ ਆ ਜਿਹੜੀ ਸਾਰਿਆਂ ਤੱਕ ਪਹੁੰਚਦੀ ਰਹੇ ਬਾਕੀ ਜਿਹੜੇ ਜਿਹੜੇ ਸਾਥੀ ਪੀਐਸਟ ਦੀ ਤਿਆਰੀ ਕਰਦੇ ਆ ਉਹ ਤਿਆਰੀ ਵਿੱਚ ਲੱਗੇ ਰਹੋ ਕਿਉਂਕਿ ਪੀਪਰ ਜਿਹੜਾ ਕਦੋਂ ਵੀ ਹੋ ਸਕਦਾ ਹੋ ਸਕਦਾ ਸਰਕਾਰ ਜਲਦੀ ਐਲਾਨ ਕਰਕੇ ਪੀਪਰ ਲੈ ਲੈ ਕਿਉਂਕਿ ਪਿਛਲੀ ਵਾਰੀ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਸੀ ਬਹੁਤ ਘੱਟ ਦਿਨ ਮਿਲੇ ਸੀਗੇ ਪੀਐਸਟੈਟ ਪੀਪਰ ਨੂੰ ਕਿਉਂਕਿ ਲਗਭਗ 27 28 ਦਿਨ ਨਹੀਂ 26 27 ਦਿਨ ਮਸਾ ਮਿਲੇ ਸੀਗੇ ਜਦੋਂ ਇੱਕੋ ਦਾ ਡੇਟਸ ਦਾ ਐਲਾਨ ਕਰਤਾ ਸੀਗਾ ਕਿ ਪੀਐਸਟੈਟ ਇੰਨੀ ਤਰੀਕ ਨੂੰ ਹੋਊਗਾ ਇਸੇ ਕਰਕੇ ਬਹੁਤ ਸਾਰੇ ਸਾਥੀ ਇਦਾਂ ਦੇ ਸੀ ਜਿਨ੍ਹਾਂ ਨੂੰ ਬਹੁਤਾ ਪ੍ਰੋਪਰ ਟਾਈਮ ਨਹੀਂ ਮਿਲਿਆ ਸੀਗਾ ਤਿਆਰੀ ਕਰਨ ਦਾ ਕਿਉਂਕਿ ਹੁਣ ਵੀ ਜਿੱਦਾਂ ਮੰਤਰੀ ਜੀ ਕਹਿ ਰਹੇ ਕਿ ਪਾਲਿਸੀ ਦੇ ਕੰਮ ਚੱਲ ਰਿਹਾ ਹੈ ਹੋ ਸਕਦਾ ਕਿ ਈ ਮਹੀਨੇ ਡੇਢ ਮਹੀਨੇ ਚ ਪਾਲਿਸੀ ਆ ਜੇ ਤੇ ਉਸ ਤੋਂ ਬਾਅਦ ਜਲਦੀ ਪੇਪਰ ਵੀ ਲਿਆ ਜਾਵੇ ਇਸ ਤੇ ਤਾਂ ਹੀ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੀ ਤਿਆਰੀ ਵਿੱਚ ਲੱਗੇ ਰਹੋ ਤੇ ਬਾਕੀ ਯੂਨੀਅਨ ਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਯੂਨੀਅਨ ਵੱਲੋਂ ਪਿਛਲੇ ਦਿਨ ਇੱਕ ਧਰਨਾ ਅਨਾਉਂਸ ਕੀਤਾ ਹੋਇਆ ਸੀ ਪਰ ਉੱਥੇ ਸਿਰਫ 60 70 ਬੰਦੇ ਹੀ ਗਿਣਤੀ ਦੇ ਪਰ ਪੀਐਸਟੀ ਟੈਪਰ ਦੇਣ ਵਾਲੇ ਬੰਦੇ ਲਗਭਗ 75 80 ਹਜ਼ਾਰ ਬੰਦਾ ਹੁੰਦਾ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਜਿੰਨਾ ਯੂਨੀਅਨ ਦਾ ਸਾਥ ਦੇਵੋਗੇ ਧਰਨੇ ਵਗੈਰਾ ਤੇ Thank you so much.